ਸੁਖਜਿੰਦਰ ਰੰਧਾਵਾ ਜੀ ਸਾਡੇ ਨਾਲ ਨੇ, ਗੁਰਦਾਸਪੁਰ ਤੋਂ ਉਹਨਾਂ ਟਿਕਟ ਮਿਲੀ ਹੈ। ਰੰਧਾਵਾ ਜੀ, ਸਭ ਤੋਂ ਪਹਿਲਾ ਸਵਾਲ, ਕਿਸ ਤਰ੍ਹਾਂ ਵੇਖਦੇ ਹੋ ਕਈ ਰੋਡ ਮੈਪ ਜਿਹੜੇ ਹੈਗੇ ਤਿਆਰ ਕੀਤੇ ਹੋਣੇ, ਕਿਸ ਤਰ੍ਹਾਂ ਦੇ? ਦੇਖੋ, ਪਹਿਲੀ ਗੱਲ ਤੇ ਮੈਂ 26 ਤਰੀਕ ਨੂੰ ਰਾਜਸਥਾਨ ਦੇ ਇਲੈਕਸ਼ਨ ਲੜ ਕੇ ਆਇਆ ਤੇ 27 ਤਰੀਕ ਨੂੰ ਮੈਨੂੰ ਕਾਲ ਆ ਗਈ ਕਿ ਤੂੰ ਇਲੈਕਸ਼ਨ ਲੜੇਗਾ। ਅਜੇ ਕੋਈ ਰੋਡ ਮੈਪ ਨਹੀਂ ਬਣਿਆ। ਔਰ ਇੱਕ ਚੀਜ਼ ਤੁਹਾਨੂੰ ਦੱਸ ਦਿੱਤਾ ਕਿ ਫੌਜਾਂ ਲੜਨ ਨੂੰ ਹਮੇਸ਼ਾ ਤਿਆਰ ਰਹਿੰਦੀਆਂ। ਜਿਹੜੀ ਫੌਜ ਰੋਡ ਮੈਪ ਪਹਿਲਾਂ ਬਣਾਉਂਦੀ ਆ ਉਹ ਕਦੀ ਕਾਮਯਾਬ ਨਹੀਂ ਹੁੰਦੀ, ਅਤੇ ਜਿਹੜੀ ਤੁਰੇ ਤੁਰੇ ਜਾਂਦੇ ਲਾਈਨਾਂ ਮਾਰੀ ਜਾਂਦੀ ਕਿ ਆਪਾਂ ਇਸ ਤੋਂ ਰਾਹ ਬਣਾਉਣਾ, ਇਸ ਤੋਂ ਕਰਨਾ, ਇਸ ਤੋਂ ਅਟੈਕ ਕਰਨਾ, ਉਹ ਫੌਜ ਕਦੀ ਵੀ ਹਾਰਦੀ। ਬਿਲਕੁਲ। ਪੰਜਾਬ 'ਚ ਕਿਉਂਕਿ ਚੁਣਾਵੀ ਮਾਹੌਲ ਕਿਸ ਤਰ੍ਹਾਂ ਦਾ, ਕਿਉਂਕਿ ਫਸਟ ਫੇਜ਼ ਦੇ ਜਿਹੜੇ ਇਲੈਕਸ਼ਨ ਹੋਏ ਆ ਤੁਸੀਂ ਵੀ ਦੇਖੇ ਆ, ਕਾਫੀ ਜਿਹੜੀ ਸੰਖਿਆ ਉਹ ਘੱਟ ਹੋਈ ਹੈ, ਕਿਉਂਕਿ ਫਸਟ ਫੇਜ਼ ਦੇ ਇਲੈਕਸ਼ਨ ਨੂੰ ਆਪਾਂ ਜੇ ਆਪਾਂ ਗੱਲ ਕਰੀਏ ਕਾਫੀ ਘੱਟ ਹੋਏ ਆ, ਉਹ ਚਿੰਤਾ ਦਾ ਲੋਕਾਂ ਦੇ ਵਿੱਚ ਜਿਹੜੀ ਜਦੋਂ ਪਰਸੈਂਟੇਜ ਆਫ ਵੋਟ ਘੱਟ ਜਾਂਦੀ ਹੈ ਇਹਦਾ ਮਤਲਬ ਕਿ ਗਵਰਨਮੈਂਟ ਦੇ ਅਗੇਂਸਟ ਜਾਂਦੀ ਹੈ। ਔਰ ਉਹਦੇ ਬਾਅਦ ਤੁਸੀਂ ਦੇਖਿਆ ਹੋਣਾ ਕਿ ਪਹਿਲੀ ਵਾਰ ਹੋਇਆ ਕਿ ਪ੍ਰਾਈਮ ਮਿਨਿਸਟਰ ਸਾਹਿਬ 10 ਸਾਲਾਂ 'ਚ ਕਾਨਪੁਰ ਪਹਿਲੀ ਵਾਰ ਗਏ RSS ਦੇ ਹੈੱਡਕੁਆਰਟਰ 'ਤੇ। ਠੀਕ ਹੈ। ਘਬਰਾਹਟ ਆ BJP 'ਚ ਕਿ ਕੀ ਬਣੇਗਾ, ਅਤੇ ਉਹਦੇ 'ਚ ਜਿਹੜੀ ਰਾਜਸਥਾਨ 'ਚ ਮੈਂ ਤੁਹਾਨੂੰ ਦੱਸਦਾ ਕਿ ਰਾਜਸਥਾਨ ਦੇ ਵਿੱਚ ਵੀ ਮੈਂ ਬਾਅਦ 'ਚ ਆਪ ਟੈਲੀਫੋਨ ਕਰਕੇ ਸਾਰਿਆਂ ਨੂੰ ਕਿਹਾ ਕਿ ਜਿਹੜੇ ਨੇ ਕਰੋ ਕਿ ਪੋਲਿੰਗ ਵਧਾਓ, ਕਿ ਕਾਂਗਰਸ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਸਾਡਾ ਜਿਹੜਾ ਵੋਟਰ ਹੈ ਗਰੀਬ ਆ ਅਤੇ ਉਹਨੂੰ ਇੱਥੇ ਪੰਜਾਬ ਦੇ ਵਿੱਚ ਤਾਂ ਇੱਕ ਇੱਕ ਪਿੰਡ 'ਚ 3-3 ਬੂਥ ਨੇ, ਉੱਥੇ 6-6 ਕਿਲੋਮੀਟਰ ਦੇ ਬੂਥ ਹੈ, ਕਾਫੀ ਦੂਰ ਤੇ, ਪਰ ਉਹਦੇ 'ਚ ਕੋਸ਼ਿਸ਼ ਕੀਤੀ ਕਿ ਇਸ ਟਾਈਮ ਅਸੀਂ ਵਧਾਉਣ ਦੀ। ਔਰ BJP ਨੂੰ ਪਸੀਨੇ ਲਿਆ ਦਿੱਤੇ ਨੇ, ਔਰ ਜਿਹੜੀ ਕਹਿੰਦੇ ਨਾ 1-sided 400 ਪਾਰ, ਹੁਣ ਕਹਿੰਦਾ ਕਦੀ ਕੋਈ ਆ ਗਏ ਕਿ ਨਹੀਂ ਥੱਲੇ ਨੂੰ, ਕਦੀ ਇਹ ਕਹਿੰਦੇ ਨੇ ਤੇ ਜਿਹੜੇ ਕਿਸਾਨ ਬੈਠੇ ਨੇ ਉਹ ਅਲੱਗਵਾਦੀ ਨੇ, ਵੱਖਵਾਦੀ ਨੇ, ਆਤੰਕਵਾਦੀ ਨੇ, ਕਿਹਾ ਕਦੀ? ਹੁਣ ਜਿਹੜਾ ਆਉਂਦਾ ਤਾਂ ਉਹਨੂੰ ਯਾਰ ਇਹੋ ਜਿਹੀਆਂ ਗੱਲਾਂ ਕਰਨੀ, ਕਦੀ ਕਿਹਾ ਕਿ ਅਸੀਂ ਸੰਵਿਧਾਨ ਨਹੀਂ ਬਦਲਾਂਗੇ? ਉਹਨਾਂ ਨੂੰ ਕਹਿਣਾ ਪਿਆ, ਪਹਿਲਾਂ ਕਿਉਂ ਨਹੀਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਸੰਵਿਧਾਨ ਨਹੀਂ ਬਦਲਿਆ ਜਾ, ਜੋ ਹਿੰਦੁਸਤਾਨ ਦਾ ਸੰਵਿਧਾਨ ਉਹ ਲਾਗੂ ਕਰੇਗਾ? ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ, ਮਨਿਓਰਿਟੀ ਕਦੀ ਵੀ ਇਹਨਾਂ ਦੇ ਰਾਜ 'ਚ ਸੁਖੀ ਨਹੀਂ ਰਹਿਣਗੇ। ਅੱਜ ਗਜਿੰਦਰ ਸਿਤਕਸ਼ੇਕਾਵਤ ਵੀ ਇੱਥੇ ਪਹੁੰਚੇ ਮੋਹਾਲੀ, ਉਹਨਾਂ ਵੱਲੋਂ ਕਿਹਾ ਗਿਆ ਕਿ ਕਾਂਗਰਸ ਦੇ ਜਿਹੜੇ ਵਰਕਰ ਹੈ ਉਹਨਾਂ ਦੀ ਮੋਟੀਵੇਸ਼ਨ ਬਹੁਤ ਜਿਹੜਾ ਹੈਗਾ ਮੋਟਿਵ ਬਹੁਤ ਜ਼ਿਆਦਾ, ਉਹਨਾਂ ਡਿਮੋਰਲਾਈਜ਼ ਹੋਏ ਆ ਜਿਸ ਕਾਰਨ ਕਿ ਜਿਹੜਾ ਫਸਟ ਫੇਜ਼ 'ਚ ਕਾਫੀ ਪਰਸੈਂਟੇਜ ਜਿਹੜੀ ਹੋਈ। ਉਹਨੂੰ ਕਹੋ ਕਿ ਜੋਧਪੁਰ ਦੀ ਦੱਸਦੇ ਰੈਲੀਆਂ ਹੀ ਵੇਖ ਲਈ, ਮੈਂ ਤੁਹਾਨੂੰ ਭੇਜ ਦੂੰਗਾ, ਤੁਹਾਨੂੰ ਵਿਖਾ ਦਿਓ, ਉਹਦਾ ਰੋਡ ਸ਼ੋਅ ਵੇਖਿਓ ਅਤੇ ਸਾਡਾ ਵੇਖਿਓ, ਸਾਡੀ ਰੈਲੀ ਵੇਖਿਓ ਅਤੇ ਉਹਦੀ ਵੇਖਿਓ, ਸਾਡੇ ਉਹਦੀ ਮੋਟੀਵੇਸ਼ਨ ਵੇਖਿਓ ਅਤੇ ਉਹਦੇ ਵਰਕਰਾਂ ਦੀ ਮੋਟੀਵੇਸ਼ਨ। ਪਸੀਨੇ ਲਿਆ ਦਿੱਤੇ ਗਜਿੰਦਰ ਸਿੰਘ ਨੂੰ, ਉਹ ਵੀ ਉੱਥੋਂ ਦਾ ਪ੍ਰਭਾਰੀ ਆ, ਹੁਣ ਪੰਜਾਬ 'ਚ ਵੀ ਲਿਆਵਾਂਗੇ, ਮੈਂ ਉੱਥੋਂ ਦਾ ਪ੍ਰਭਾਰੀ ਸੀ, ਉਹ ਇੱਥੋਂ ਦਾ ਪ੍ਰਭਾਰੀ ਆ, ਅਤੇ ਉੱਥੋਂ ਦਾ ਪ੍ਰਭਾਰੀ ਅਤੇ ਉਹਨੂੰ ਪਸੀਨੇ ਦਵਾ ਕੇ ਅਤੇ ਇੱਥੇ ਵੀ ਦਊ। ਉਹ ਬੜਾ ਦਾਅਵਾ ਕਰਦੇ ਆ, ਕਹਿੰਦੇ ਪੰਜਾਬ 'ਚ ਹਾਲਾਂਕਿ ਇਹ ਗੱਲਾਂ ਕਹਿ ਰਹੇ ਕਿ ਕਿਸਾਨ ਜਿਹੜੇ ਹੈਗੇ ਸਾਡਾ ਵਿਰੋਧ ਕਰ ਰਹੇ, ਸਾਨੂੰ ਕੋਈ ਕਿਸਾਨ ਵਿਰੋਧ ਨਹੀਂ ਕਰ ਰਿਹਾ, ਔਰ ਪੰਜਾਬ 'ਚ BJP ਆਉਣ ਵਾਲੀ ਹੈ, ਇਹ ਕਾਂਗਰਸ ਵੀ ਕਦੀ ਕਦੀ ਜਿਹੜਾ ਹਾਰਦਾ ਉਹ ਕਦੀ ਵੇਖਿਆ ਥੱਲੇ ਪਿਆ ਵੀ ਕਦੀ ਕਹਿੰਦਾ ਤਾਂ ਮੈਨੂੰ ਛੱਡ ਦੇ, ਹੈਂ ਥੱਲੇ ਜ਼ੋਰ ਲਾਈ ਜਾਂਦਾ, ਇਹ ਥੱਲੇ ਆ ਗਏ ਨੇ, ਕੋਈ ਗੱਲ ਨਹੀਂ। ਠੀਕ ਹੈ, ਤੇ ਬਿਲਕੁਲ ਸੁਖਜਿੰਦਰ ਰੰਧਾਵਾ ਜੀ ਸਾਡੇ ਨਾਲ ਨੇ, ਹਾਲਾਂਕਿ ਪੂਰਾ ਟਿਕਟ ਮਿਲਣ ਤੋਂ ਬਾਅਦ ਸਿੱਧਾ ਆਪਣੇ ਘਰ ਪਹੁੰਚੇ ਨੇ ਚੰਡੀਗੜ੍ਹ, ਔਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਰੋਡ ਮੈਪ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ, ਹਾਲਾਂਕਿ ਰਾਜਸਥਾਨ ਦੇ ਵੀ ਪ੍ਰਭਾਰੀ ਨਏ ਨੇ, ਔਰ ਕਿਸ ਤਰ੍ਹਾਂ ਉੱਥੇ ਵੀ ਪੋਲਿੰਗਸ ਨੂੰ ਲੈ ਕੇ ਜਾਂ ਫਿਰ ਆਪਣੇ ਵਰਕਰਸ ਦੇ ਨਾਲ ਲਗਾਤਾਰ ਕੰਧੇ ਤੇ ਕੰਧਾ ਮਿਲਾ ਕੇ ਹੁਣ ਪੰਜਾਬ ਦੀ ਵਾਰੀ ਹੈ, ਪੰਜਾਬ 'ਚ ਹੁਣ ਕਿਸ ਤਰ੍ਹਾਂ ਦਾ ਰੋਡ ਮੈਪ ਤਿਆਰ ਕੀਤਾ ਜਾਣਾ, ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜਾਣਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਸਿਮਰਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।